இப்போது நீ உள்ஜனதி கால உன்னீஸ் பிரச்சனவேதி கால ਇਹ KPS ਗਿੱਲ ਜਿਹੜੇ ਨਾ ਉਹ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਸੀ ਪ੍ਰਧਾਨ ਬਣਨ ਤੋਂ ਬਾਅਦ ਮੈਰੀਡੀਅਨ ਹੋਟਲ ਦਿੱਲੀ ਇੱਕ ਲੰਚ ਪਾਰਟੀ ਸੀਗੀ ਉੱਥੇ ਸਾਰੇ ਪੱਤਰਕਾਰ ਜਿਹੜੇ ਸੀਗੇ ਉਹ ਹਾਜ਼ਰ ਸੀ ਇੰਨੀ ਦੇਰ ਦੇ ਵਿੱਚ ਇੱਕ ਸਟੇਟਸਮੈਨ ਅਖਬਾਰ ਦਾ ਸੀਗਾ ਉਹ ਗਿੱਲ ਸਾਹਿਬ ਨੂੰ ਕਹਿੰਦਾ ਵੀ ਆਪਣੇ ਗਿੱਲ ਸਾਹਿਬ ਗਿੱਲੀ ਡੰਡਾ ਤਾਂ ਕਦੇ ਖੇਲਾ ਨਹੀਂ ਔਰ ਆਪ ਬਣ ਗਏ ਹਾਕੀ ਕੇ ਪ੍ਰੈਜੀਡੈਂਟ ਉਹ ਉੱਥੇ ਸਰਦਾਰ ਰਜਿੰਦਰ ਸਿੰਘ ਡੀ ਆਈ ਜੀ ਨਰਿੰਦਰ ਭਾਰਗੋ ਇਹ ਉੱਠ ਕੇ ਉਹਨੂੰ ਕੁੱਟਣ ਲੱਗ ਗਏ ਕੁੱਟਿਆ ਗਿਆ ਉਹ ਜਦੋਂ ਝਾੜਾ ਝੂੜਾ ਹੋਇਆ ਹੋਣ ਤੋਂ ਬਾਅਦ ਸਰ ਬਲਦੇਵ ਸਿੰਘ ਦੇਖੋ ਜਿਹੜੇ ਹੁਣ ਅੰਮ੍ਰਿਤਸਰ ਜੇਲ੍ਹ 'ਚ ਨੇ ਇਸ ਵੇਲੇ ਇਹ ਉੱਥੇ ਗਏ ਹੋਏ ਸੀ ਗੱਡੀ 'ਚ ਇਹਨਾਂ ਨੇ ਉਹਨਾਂ ਨੂੰ ਬਿਠਾਇਆ ਆਪਣੀ ਜਿਪਸੀ 'ਚ ਅਤੇ ਪਾਰਲੀਮੈਂਟ ਸਟਰੀਟ ਥਾਣੇ ਲੈ ਗਏ ਥਾਣੇ ਜਾ ਕੇ ਉਹਨਾਂ ਲੋਕਾਂ ਦੇ ਬਿਆਨ ਹੋਏ ਉੱਥੇ ਬਿਆਨ ਹੋਣ ਤੋਂ ਬਾਅਦ ਜਿਹੜੇ CP ਦਿੱਲੀ ਸੀਗੇ ਉਹ ਗਿੱਲ ਸਾਹਿਬ ਨੂੰ ਕਹਿੰਦੇ ਵੀ ਇੱਦਾਂ ਇੱਦਾਂ ਗੱਲ ਹੈ ਜਾਂ ਤਾਂ ਤੁਸੀਂ ਕੋਈ ਬੰਦੇ ਲਿਆਓ ਦੋ ਚਾਰ ਜਿਹੜੇ ਇਹ ਗੱਲ ਕਹਿਣ ਵੀ ਸਾਡੇ ਨਾਲ ਝਗੜਾ ਆਇਆ ਅਸੀਂ ਕੁੱਟਿਆ ਫਿਰ ਤੁਹਾਡੀ ਉਹਦੇ 'ਚ ਬੱਚਤ ਹੋ ਜਾਏਗੀ ਅਗਰ ਤੁਸੀਂ ਕੋਈ ਬੰਦਾ ਨਹੀਂ ਦਿੰਦੇ ਚਲਾਣ ਨਹੀਂ ਹੁੰਦਾ ਤਾਂ ਫਿਰ ਸਾਨੂੰ ਚਲਾਣ ਕਰਨਾ ਪੈਣਾ ਲੱਗ ਗਈ ਪੁਲਿਸ ਸਾਰੀ ਇੱਕ ਤਾਂ ਬਲਦੇਵ ਸਿੱਖੋਂ ਉਹਦਾ ਟਾਇਲ ਅਜੇ ਉਹ ਫੈਸਲਾ ਹੋਣਾ ਪੈਂਡਿੰਗ ਸੀਗਾ ਵੀ ਇਹਦੀ ਅਰੈਸਟ ਕਰਨਾ ਜਾਂ ਕੀ ਕਰਨਾ ਉਹ ਥਾਣੇ ਵੀ ਬੰਦੇ ਛੱਡ ਕੇ ਆਇਆ ਸੀ ਬਲਦੇਵ ਸਿੱਖੋਂ ਨੂੰ ਲੈ ਲਿਆ ਇੱਕ ਬਿੱਲੂ ਸੀਗਾ ਬਠਿੰਡੇ ਦਾ ਉਹਦੀ ਜਮੁਨਾ ਪਾਰ ਉੱਥੇ ਬੰਦਾ ਬਣਾਉਣ ਦੀ ਫੈਕਟਰੀ ਹੈ ਇੱਕ ਅਸ਼ਵਨੀ ਪਹਿਲਵਾਨ ਜਿਹੜਾ ਖਾੜਾ ਉੱਥੇ ਦਿੱਲੀ 'ਚੋਂ ਘੁਲਦਾ ਕਾਫੀ ਪ੍ਰੋਮੀਨੈਂਟ ਬੰਦਾ ਹੈ ਮੈਨੂੰ ਅਤਰੀ ਸਾਹਿਬ ਨੇ ਬੁਲਾ ਲਿਆ ਚੰਡੀਗੜ੍ਹ ਮੈਨੂੰ ਕਹਿੰਦੇ ਵਿੱਕੀ ਦਿੱਲੀ ਜਾਣਾ ਸ਼ਿਵਕੁਮਾਰ ਮੈਨੂੰ ਲੈ ਕੇ ਅਸੀਂ ਚਲੇ ਗਏ ਉੱਥੇ ਮੇਰਾ ਬਿਆਨ CP ਜਿਹੜਾ ਕਮਿਸ਼ਨਰ ਪੁਲਿਸ ਦਿੱਲੀ ਉਹਦੇ ਅੱਗੇ ਹੋਇਆ ਮੈਨੂੰ ਕਮਿਸ਼ਨਰ ਪੁਲਿਸ ਕਹਿ ਰਿਹਾ ਵੀ ਆਪ ਤੋਂ ਵਾਂ ਥੇ ਹੀ ਨਹੀਂ 5 ਦਿਨ ਅੱਜ ਤੱਕ ਜ਼ਮੀਨੀ ਮੈਂ ਆਪ ਕਾ ਕੋਈ ਜ਼ਿਕਰ ਨਹੀਂ ਤੋ ਆਪ ਇਸ ਵਿੱਚ ਕਹਾਂ ਸੇ ਆ ਗਏ ਉਹ ਜਿਹੜੇ ਨਾਲ ਮੇਰੇ ਗਏ ਸੀ ਉਹ ਕਹਿੰਦੇ ਵੀ ਜਦੋਂ ਕਹਿ ਰਿਹਾ ਵੀ ਮੇਰਾ ਝਗੜਾ ਹੋਇਆ ਤੁਸੀਂ ਉਹਦਾ ਬਿਆਨ ਲਿਖੋ ਉਹ ਕਹਿੰਦੇ ਜੀ ਮੇਰੇ ਕੋਲ ਜੁਡੀਸ਼ੀਅਲ ਪਾਵਰ ਆ ਬਿਕੋਜ਼ ਮੈਂ ਕਮਿਸ਼ਨਰ ਹਾਂ ਅਤੇ ਮੇਰੀ ਗੱਲ ਜਿਹੜੀ ਵੀ ਤੁਸੀਂ ਕੋਈ ਮੈਨੂੰ ਬਿਆਨ ਦਿਓਗੇ ਉਹ ਬੰਦਨ ਦੇ ਕਾਬਲ ਹੋਊਗਾ ਮੈਂ ਕਿਹਾ ਜੀ ਠੀਕ ਹੈ ਚਲੋ ਅਸੀਂ ਉੱਥੇ ਲਿਖਾਏ ਵੀ ਇੱਦਾਂ ਦਾ ਅਸੀਂ ਇੱਥੇ ਆਏ ਹੋਏ ਸੀ ਵੀ ਕੋਈ ਅੱਤਵਾਦ ਦੀ ਘਟਨਾ ਨਾ ਹੋ ਜੇ ਉਸਦੇ ਸੰਬੰਧ ਜਿੱਥੇ ਝਗੜਾ ਆਇਆ ਅਸੀਂ ਵਾਪਸ ਚਲੇ ਗਏ ਅਤੇ ਮੇਰੇ ਨਾਲ ਵੀ ਜਿਹੜੀ ਮੁੱਕੋ ਤੱਕੀ ਉਹਨਾਂ ਦੀ ਹੋਈ 2-3 ਮਹੀਨੇ ਲੱਗੇ ਮੈਂ ਸੀ ਸਵੈਟਰ ਲੁਧਿਆਣੇ ਸੀਗਾ ਥੋੜ੍ਹੀ ਥੋੜ੍ਹੀ ਸਰਦੀ ਜੀ ਸੀ ਅਸੀਂ ਧੁੱਪੇ ਬੈਠੇ ਬਾਹਰੋਂ ਸੰਤਰੀ ਆਇਆ ਮੈਨੂੰ ਕਹਿੰਦਾ ਜੀ ਦਿੱਲੀ ਪੁਲਿਸ ਆਈ ਹੈ ਮੈਂ ਕਿਹਾ ਬੁਲਾ ਲਓ ਬਿਠਾਇਆ ਮੈਨੂੰ ਕਹਿੰਦਾ ਜੀ ਆਹ ਚਲਾਣ ਦੀ ਕਾਪੀ ਹੈ ਤੁਹਾਡੇ ਖਿਲਾਫ਼ 452 506 ਜੇ ਵੋ ਅਸੀਂ ਚਲਾਣ ਦਿੱਲੀ ਕੋਰਟ 'ਚ ਦੇਖਦਾ ਚਲਾਣ ਦੀ ਕਾਪੀ ਲੈ ਲਓ ਅਤੇ ਤੁਸੀਂ ਆ ਕੇ ਬੇਲ ਕਰਾਓ ਮੈਂ ਕਿਹਾ ਵੀ IPC ਤਾਂ ਹਿੰਦੁਸਤਾਨ 'ਚ ਇੱਕੋ ਹੀ ਹੈ ਇਹ ਕਿਹੜਾ ਲਾ ਵੀ ਜਿਹੜਾ ਮੁਲਜ਼ਮ ਦੀ ਐਬਸੈਂਸ 'ਚ ਤੁਸੀਂ ਚਲਾਣ ਨੂੰ ਕੋਰਟ ਕਰਤਾ ਮੁਲਜ਼ਮ ਦਾ ਚਲਾਣ ਦੇਣ ਵੇਲੇ ਹਾਜ਼ਰ ਹੋਣਾ ਜ਼ਰੂਰੀ ਹੈ ਅਖੇ ਜੀ ਇਹ ਤਾਂ ਦਿੱਲੀ ਪੁਲਿਸ ਹੈ ਜਾਂ ਤੁਸੀਂ ਵੈਸੇ ਹੀ ਚਲਤਾ ਮੈਂ ਚਲਾਣ ਦੀ ਕਾਪੀ ਲੈ ਕੇ ਰੱਖਣੀ ਮਹੀਨਾ ਤੋਂ ਮਹੀਨਾ ਸੀ ਕੋਈ ਗੋਲਿਆਂ ਦਾ ਸਰਦੀਆਂ ਦਾ ਟਾਈਮ ਸੀ ਸਵੇਰੇ 4 ਵਜੇ ਘੰਟੀ ਵੱਜੀ ਮੇਰਾ ਘਰ ਪੁਲਿਸ ਲਈ ਲੁਧਿਆਣੇ ਸੀਗਾ ਮੈਂ ਉੱਠਿਆ ਉੱਠ ਕੇ ਚਾਬੀ ਲੈ ਕੇ ਬਾਹਰ ਜਦੋਂ ਗਿਆ ਮੈਂ ਪੁੱਛ ਲਿਆ ਮੈਂ ਕਿਹਾ ਵੀ ਕੌਣ ਹੈ ਅਖੇ ਪਾਰਲੀਮੈਂਟ ਸਟਰੀਟ 'ਤੇ ਦਿੱਲੀ ਪੁਲਿਸ ਆਈ ਹੈ ਮੈਂ ਕਿਹਾ ਵੀ ਉਹ ਤਾਂ ਹੈ ਨਹੀਂ ਸਾਹਿਬ ਤੋਂ ਬਾਹਰ ਗਏ ਹੋਏ ਮੈਂ ਪਿੱਛੇ ਹੀ ਮੁੜ ਪਿਆ ਸਾਡੇ ਘਰ ਦੇ ਪਿਛਲੇ ਪਾਸੇ ਇੱਕ ਦਰਵਾਜ਼ਾ ਸੀ ਮੇਨ ਮੈਂ ਉਹਦੇ 'ਚੋਂ ਨਿਕਲਿਆ ਮੇਰੇ ਸਾਹਮਣੇ ਸਹੀ ਦਲੀਪ ਸਿੰਘ ਸੀ ਹੀ ਲੱਗਿਆ ਮੇਰੇ ਨਾਲ ਸੀਗਾ ਮੈਂ ਉਹਨੂੰ ਆਵਾਜ਼ ਮਾਰੀ ਮੈਂ ਆ ਜਾ ਜੀ ਬਾਹਰ ਪੁਰਸਾਲੇ ਆਏ ਉਹ ਦਲੀਪ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਉਹ ਤਾਂ ਬਠਿੰਡੇ ਗਏ ਰੇਟ 'ਤੇ ਉਹਦੇ ਹੈ ਨਹੀਂ ਇੰਨੇ ਨੂੰ ਉਹ ਕਹਿੰਦਾ ਜੀ CAA ਜਾਣਾ CAA ਟੈਲੀਫੋਨ ਕਰਤਾ ਵੀ ਇਹ ਰੋਜ਼ਨਾਮ 'ਚ ਐਂਟਰੀ ਕਰਨਗੇ ਤੁਸੀਂ ਕਹੋ ਵੀ ਰੋਜ਼ਨਾਮ 'ਚ ਅਲਮਾਰੀ 'ਚ ਰੱਖਿਆ ਚਾਬੀ ਇੰਸਪੈਕਟਰ ਸਾਹਿਬ ਵਾਲਾ ਮੇਰੇ ਕੋਲ ਤਾਂ ਹੈ ਨਹੀਂ ਮੁੱਕਦੀ ਗੱਲ ਉਹ ਚਲੇ ਗਏ ਮੈਂ ਜਾ ਕੇ IG ਕ੍ਰਾਈਮ ਅਤਰੀ ਸਾਹਿਬ ਨੂੰ ਮਿਲਿਆ ਵੀ ਮੈਂ ਜੀ ਤੁਸੀਂ ਤਾਂ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਚਲਾਣ ਕਰਤਾ
ਕੋਈ ਨਹੀਂ ਕਹਿੰਦਾ ਬੇਟਾ ਚੰਗਾ ਜਿਹਾ ਵਕੀਲ ਕਰੋ ਕੋਈ ਵਕੀਲ ਕਰਕੇ ਜਵਾਨਤ ਕਰਾ ਲਓ ਮੈਂ ਕਿਹਾ ਜੀ ਵਕੀਲ ਤਾਂ ਕਰ ਲਾਂਗੇ ਮਸਲਾ ਤਾਂ ਇਹ ਹੈ ਵੀ ਹੁਣ ਖਾਮ ਖਾ ਉੱਥੇ ਲੜਾਈ ਕੌਣ ਲੜੇਗਾ ਜਾ ਕੇ ਉਹ ਪੁਰਾਣੀ ਗੱਲ ਹੈ ਉਦੋਂ ਵੀ ਜਿਵੇਂ ਹੁਣ ਪੁਲ ਪਰ ਬਣੇ ਪੁਲ ਹੈ ਨਹੀਂ ਸੀ 6-7 ਘੰਟੇ ਦਾ ਰਸਤਾ ਸੀ ਇੱਕ ਰਾਤ ਪਹਿਲਾਂ ਇੱਥੋਂ ਜਾਈਦਾ ਸੀ ਉੱਥੇ ਹੋਟਲ ਲੈ ਕੇ ਰਹਿਣਾ ਸਵੇਰੇ ਉੱਠ ਕੇ ਨਹਾ ਨੂ ਕੇ ਕੋਟ ਜਾਣਾ 10 ਵਜੇ ਸਰ ਬਲਦੇਵ ਸਿੰਘ ਸ਼ੇਖੋਂ ਦਿੱਲੀ ਤੋਂ ਬਾਅਦ ਅੰਮ੍ਰਿਤਸਰ ਜੇਲ੍ਹ ਸੀਗੇ ਉਹਨਾਂ ਦਾ ਵਾਰੰਟ ਨਹੀਂ ਜਾਰੀ ਹੋਇਆ ਉਹਨੂੰ ਲੈ ਕੇ ਨਹੀਂ ਸੀ ਹੁੰਦੇ ਜਦੋਂ ਤੱਕ ਅਸੀਂ 5 ਦੋਸ਼ੀ ਇਕੱਠੇ ਨਹੀਂ ਸੀ ਹੁੰਦੇ ਚਾਰਜ ਫਰੇਮ ਨਹੀਂ ਸੀ ਹੋਣਾ ਮੈਂ ਫਿਰ ਜੱਜ ਸਾਹਿਬ ਨਾਲ ਗੱਲ ਕੀਤੀ ਮੈਂ ਇਹ ਗੱਲ ਆ ਵੀ ਮੈਨੂੰ ਹੋ ਗਏ 6 ਮਹੀਨੇ ਆਉਂਦੇ ਨੂੰ ਬਲਦੇਵ ਸਿੰਘ ਜੇਲ੍ਹ 'ਚ ਬੈਠਾ ਆਉਂਦੇ ਹਾਂ ਅਸੀਂ ਮੁੜ ਜਾਂਦੇ ਹਾਂ ਉਹ ਕਹਿੰਦਾ ਜੀ ਤੁਸੀਂ ਆਹ ਫੜੋ ਪ੍ਰੋਟੈਕਸ਼ਨਮੈਂਟ ਤੁਸੀਂ ਇਹਦੀ ਤਮੀਲ ਕਰਾਓ ਉੱਥੇ ਮੈਂ ਵਾਰੰਟ ਲੈ ਕੇ ਗਿਆ ਅੰਮ੍ਰਿਤਸਰ ਸਰ ਕੁਲਤਾਰ ਸਿੰਘ ਸੀਗੇ SSP ਮਜੀਠਾ ਉਹਨਾਂ ਨੂੰ ਮਿਲੇ ਮੈਂ ਕਿਹਾ ਜੀ ਆਹ ਵਾਰੰਟ ਆ ਤੁਸੀਂ ਉਹਨੂੰ ਤਰੀਕ 'ਤੇ ਭੇਜੋ ਘਰ ਅਗਲੀ ਤਰੀਕ 'ਤੇ ਉਹਨਾਂ ਨਾਲ ਗੱਡੀ 'ਚ ਲੱਗ ਗਈ ਇੱਕ DSP ਲੱਗ ਗਿਆ ਉਹ ਤਰੀਕ 'ਤੇ ਆ ਗਏ ਹੁਣ ਤਰੀਕ 'ਤੇ ਆ ਗਏ ਜਦੋਂ 2 ਤਰੀਕਾਂ ਪਈਆਂ ਇਨ ਦੀ ਮੀਨ ਟਾਈਮ ਅਸੀਂ ਇੱਕ ਵਕੀਲ ਕਰ ਲਿਆ ਵਕੀਲ ਕਰਕੇ ਉਹ ਮੈਨੂੰ ਕਹਿੰਦਾ ਵੀ ਸਾਡਾ ਤਾਂ ਜਿਹੜਾ ਨਾ ਚਾਰਜ ਨਹੀਂ ਫਰੇਮ ਹੋ ਸਕਦਾ ਸਾਡਾ ਰੋਲ ਹੀ ਕੋਈ ਨਹੀਂ ਚਲੋ 10 ਵਜੇ ਆਵਾਜ਼ ਵੱਜੀ ਅਸੀਂ ਗਏ ਜੱਜ ਸਾਹਿਬ ਨਾਲ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਕਹਿੰਦੇ ਵੀ ਸਰ ਬਲਦੇਵ ਸਿੰਘ ਅਤੇ ਗੁਰਮੀਤ ਸਿੰਘ ਉਸ ਪਾਸੇ ਇਹ 3 ਬੰਦਿਆਂ ਦੇ ਜਿਹੜਾ ਚਾਰਜ ਫਰੇਮ ਹੋ ਗਿਆ ਅਤੇ ਤੁਸੀਂ ਫਰੀ ਹੋ ਚਲੋ ਮੈਂ ਅਤੇ ਬਲਦੇਵ ਸਿੰਘ ਉੱਥੋਂ ਅਸੀਂ ਨਿਕਲੇ ਨਿਕਲ ਕੇ ਅਸੀਂ ਵਾਪਸ ਆਏ ਵਾਪਸ ਆ ਕੇ ਮੈਂ ਲੁਧਿਆਣੇ ਪਹੁੰਚਿਆ ਉਸ ਕੰਮ ਦੇ ਵਿੱਚ ਘੱਟ ਤੋਂ ਘੱਟ ਜਦੋਂ ਮੈਨੂੰ ਪਹਿਲਾਂ ਬੇਨ ਮਿਲੀ ਜੱਜ ਸਾਹਿਬ ਕਹਿੰਦੇ ਵੀ 50,000 ਰੁਪਏ ਥੱਲੇ ਬੈਂਕਾਂ 'ਚ ਜਮ੍ਹਾਂ ਕਰਾਓ FD ਬਣਾਓ ਉਹ FD ਫਾਈਲ ਦੇ ਨਾਲ ਲੱਗੇਗੀ ਫਿਰ ਇੱਕ ਬੰਦਾ ਲੈ ਕੇ ਆਓ ਜਿਹਦੇ ਕੋਲ ਪਾਸਪੋਰਟ ਹੋਵੇ ਉਹਦੀ ਬੇਨ ਲਵਾਂਗੇ ਸਾਲ 1.5 ਸਾਲ 'ਚ ਮੈਂ ਪੂਰਾ ਹਰਾਸ ਉਹਦੇ 'ਚ ਉੱਥੇ ਹੋਇਆ ਇਸ ਹਿਸਾਬ ਨਾਲ ਮੇਰੀ ਉੱਥੋਂ ਜਾਨ ਹਾਕੀ ਕੇਸ 'ਚੋਂ ਛੁੱਟੀ ਦੇਵ ਸ਼ੇਖੋਂ ਨੇ ਨਾ ਤਾਂ ਕੁੱਟਿਆ ਨਾ ਕੋਈ ਗੱਲ ਜਿਨ੍ਹਾਂ ਨੇ ਕੁੱਟਿਆ ਉਹ ਬੋਲੇ ਵੀ ਨਹੀਂ ਉਹਨਾਂ ਦੀ ਆਵਾਜ਼ ਵੀ ਨਿਕਲੀ ਫਿਰ ਮੁੜ ਕੇ ਨਾ ਉਹਨਾਂ ਨੇ ਕੱਢੀ ਹੁਣ ਉਹ ਮੈਨੂੰ ਇੱਕ ਗੱਲ ਸਮਝਾਈ ਜਾਣ ਉਹ ਕਹਿੰਦੇ ਯਾਰ DGP ਆਪਣਾ ਅੰਦਰ ਹੁੰਦਾ ਜੇ ਤੁਸੀਂ ਬਿਆਨ ਦੇ ਦਿਓ ਉਹਦੇ ਨਾਲ ਉਹ ਬਚਦਾ ਮੈਂ ਚਲੋ ਕੋਈ ਨਹੀਂ ਜੇ ਬਚਦਾ ਤਾਂ ਬਚਾਓ ਉਹਨੂੰ ਮੈਂ ਬਲਦੇਵ ਸਿੰਘ ਸ਼ੇਖੋਂ ਉਹ ਜਿਹੜਾ ਬਿੱਲੂ ਸੀਗਾ ਵਿਚਾਰਾ ਉਹ ਬਠਿੰਡੇ ਦਾ ਰਹਿਣ ਵਾਲਾ ਉਹਦਾ ਭਾਰ ਹੀ ਸਾਰਾ 20-25 ਕਿਲੋ ਦੀ ਗਿਣਤੀ ਦਾ ਭਾਰ ਹੋਣਾ ਉਹਦਾ ਅਸ਼ਵਨੀ ਪਹਿਲਵਾਨ ਚਾਦਰਾ ਲਾਇਆ ਉਹ ਲੜਾਈ ਦੇ ਵਿੱਚ ਉਹਦੀਆਂ ਮੌਕੇ 'ਤੇ ਫੋਟੋਆਂ ਖਿੱਚੀਆਂ ਉਹਦੇ ਫੋਟੋਆਂ ਫਾਈਲ ਦੇ ਨਾਲ ਲੱਗੀਆਂ ਹੋਈਆਂ ਸੀ ਉਹਦਾ ਅਸਲ ਕਰਨ ਵਾਲੇ ਸੀਗੇ ਅਸੀਂ ਤਾਂ ਬਿਨਾਂ ਗੱਲ ਤੋਂ ਕਿਸੇ ਗੱਲ ਤੋਂ ਫਸੇ ਆਪਣੀ ਸਟੇਟਮੈਂਟ ਦੇ ਕੇ ਜਿਨ੍ਹਾਂ ਨੇ ਦਵਾਈ ਬਾਅਦ 'ਚੋਂ ਕਹਿੰਦੇ ਅੱਛਾ ਵਕੀਲ ਕਰ ਲਓ ਕੇਸ ਲੜੋ